ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪੰਜਾਬ ਪੁਲਿਸ ਦੇ DSP ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਕਿਹਾ ਜਾ ਰਿਹਾ ਕਿ ਜਿਮ ਦੇ ਵਿੱਚ ਜਦੋਂ ਇਹ DSP ਕਸਰਤ ਕਰ ਰਿਹਾ ਸੀ ਤਾਂ ਅਚਾਨਕ ਹਾਰਟ ਅਟੈਕ ਆਇਆ, ਜਿਸ ਤੋਂ ਬਾਅਦ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਦੀ ਹੈ ਕਿ DSP ਦੀ ਪਹਿਚਾਣ ਦਿਲਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਮਲੇਰਕੋਟਲਾ ਦੇ ਵਿੱਚ ਤੈਨਾਤ ਸੀ। ਕਿਹਾ ਜਾ ਰਿਹਾ ਕਿ ਲੁਧਿਆਣਾ ਦੇ ਇੱਕ ਲਕਜ਼ਰੀ ਹੋਟਲ ਦੇ ਵਿੱਚ ਜਦੋਂ ਇਹ ਜਿਮ ਦੇ ਵਿੱਚ ਕਸਰਤ ਕਰ ਰਿਹਾ ਸੀ ਤਾਂ ਅਚਾਨਕ ਹਾਰਟ ਅਟੈਕ ਆਉਂਦਾ ਤੇ ਜ਼ਮੀਨ ਤੇ ਡਿੱਗ ਜਾਂਦਾ। ਜਦੋਂ ਤੱਕ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਉਦੋਂ ਕਿਹਾ ਜਾ ਰਿਹਾ ਕਿ ਉਸਦੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਹਸਪਤਾਲ ਲਿਜਾਂਦੇ ਸਮੇਂ DSP ਦੀ ਮੌਤ ਹੋਈ ਹੈ। 50 ਸਾਲ ਇਸ DSP ਦੀ ਉਮਰ ਦੱਸੀ ਜਾ ਰਹੀ ਹੈ। ਤਾਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੰਜਾਬ ਪੁਲਿਸ ਦੇ DSP ਦੀ ਜਿਮ ਦੇ ਵਿੱਚ ਕਸਰਤ ਕਰਦੇ ਸਮੇਂ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਕਿ ਰੋਜ਼ ਦੀ ਤਰ੍ਹਾਂ ਇੱਥੇ DSP ਜਿਮ ਦੇ ਵਿੱਚ ਕਸਰਤ ਕਰਨ ਦੇ ਲਈ ਆਉਂਦਾ ਸੀ, ਪਰ ਕਿਹਾ ਜਾ ਰਿਹਾ ਕਿ ਬੀਤੇ ਦਿਨਾਂ ਜਦੋਂ ਉਹਨਾਂ ਨੂੰ ਅਚਾਨਕ ਹੀ ਹਾਰਟ ਅਟੈਕ ਆਉਂਦਾ ਤਾਂ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ, ਪਰ ਉਦੋਂ ਤੱਕ ਉਹਨਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਇੱਕ ਪੰਜਾਬ ਪੁਲਿਸ ਦੇ DSP ਦੀ ਮੌਤ ਹੋਈ ਹੈ। ਮਲੇਰਕੋਟਲਾ ਦੇ ਵਿੱਚ ਇਹ DSP ਤੈਨਾਤ ਸੀ ਤੇ ਜਿਮ ਦੇ ਵਿੱਚ ਕਸਰਤ ਕਰਦੇ ਸਮੇਂ ਅਚਾਨਕ ਹਾਰਟ ਅਟੈਕ ਆਉਂਦਾ, ਜਿਸ ਤੋਂ ਬਾਅਦ DSP ਦਿਲਪ੍ਰੀਤ ਸਿੰਘ ਦੀ ਮੌਤ ਹੋਈ ਹੈ। ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪੰਜਾਬ ਪੁਲਿਸ ਦੇ DSP ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਕਿਹਾ ਜਾ ਰਿਹਾ ਕਿ ਜਿਮ ਦੇ ਵਿੱਚ ਜਦੋਂ ਇਹ DSP ਕਸਰਤ ਕਰ ਰਿਹਾ ਸੀ ਤਾਂ ਅਚਾਨਕ ਹਾਰਟ ਅਟੈਕ ਆਇਆ, ਜਿਸ ਤੋਂ ਬਾਅਦ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸ ਦਈਏ ਕਿ DSP ਦੀ ਪਹਿਚਾਣ ਦਿਲਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਮਲੇਰਕੋਟਲਾ ਦੇ ਵਿੱਚ ਤੈਨਾਤ ਸੀ। ਕਿਹਾ ਜਾ ਰਿਹਾ ਕਿ ਲੁਧਿਆਣਾ ਦੇ ਇੱਕ ਲਕਜ਼ਰੀ ਹੋਟਲ ਦੇ ਵਿੱਚ ਜਦੋਂ ਇਹ ਜਿਮ ਦੇ ਵਿੱਚ ਕਸਰਤ ਕਰ ਰਿਹਾ ਸੀ ਤਾਂ ਅਚਾਨਕ ਹਾਰਟ ਅਟੈਕ ਆਉਂਦਾ ਤੇ ਜ਼ਮੀਨ ਤੇ ਡਿੱਗ ਜਾਂਦਾ। ਜਦੋਂ ਤੱਕ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਉਦੋਂ ਕਿਹਾ ਜਾ ਰਿਹਾ ਕਿ ਉਸਦੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਹਸਪਤਾਲ ਲਿਜਾਂਦੇ ਸਮੇਂ DSP ਦੀ ਮੌਤ ਹੋਈ ਹੈ। 50 ਸਾਲ ਇਸ DSP ਦੀ ਉਮਰ ਦੱਸੀ ਜਾ ਰਹੀ ਹੈ। ਤਾਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੰਜਾਬ ਪੁਲਿਸ ਦੇ DSP ਦੀ ਜਿਮ ਦੇ ਵਿੱਚ ਕਸਰਤ ਕਰਦੇ ਸਮੇਂ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਕਿ ਰੋਜ਼ ਦੀ ਤਰ੍ਹਾਂ ਇੱਥੇ DSP ਜਿਮ ਦੇ ਵਿੱਚ ਕਸਰਤ ਕਰਨ ਦੇ ਲਈ ਆਉਂਦਾ ਸੀ, ਪਰ ਕਿਹਾ ਜਾ ਰਿਹਾ ਕਿ ਬੀਤੇ ਦਿਨਾਂ ਜਦੋਂ ਉਹਨਾਂ ਨੂੰ ਅਚਾਨਕ ਹੀ ਹਾਰਟ ਅਟੈਕ ਆਉਂਦਾ ਤਾਂ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ, ਪਰ ਉਦੋਂ ਤੱਕ ਉਹਨਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਇੱਕ ਪੰਜਾਬ ਪੁਲਿਸ ਦੇ DSP ਦੀ ਮੌਤ ਹੋਈ ਹੈ। ਮਲੇਰਕੋਟਲਾ ਦੇ ਵਿੱਚ ਇਹ DSP ਤੈਨਾਤ ਸੀ ਤੇ ਜਿਮ ਦੇ ਵਿੱਚ ਕਸਰਤ ਕਰਦੇ ਸਮੇਂ ਅਚਾਨਕ ਹਾਰਟ ਅਟੈਕ ਆਉਂਦਾ, ਜਿਸ ਤੋਂ ਬਾਅਦ DSP ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ।